ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਲਾਪਤਾ 328 ਸਰੂਪਾਂ ਦੇ ਇਨਸਾਫ਼ ਮੋਰਚੇ ਦੀਆਂ ਸੰਗਤਾਂ ਦੀ ਕੁੱਟਮਾਰ ਦੇ ਰੋਸ ਵਜੋਂ ਇਤਿਹਾਸ ਵਿੱਚ ਪਹਿਲੀ ਵਾਰ ਮਹਿਤਾ ਚੌਂਕ ਤੇ ਚੌਰਾਹੇ ਵਿੱਚ ਸਤਿਕਾਰ ਕਮੇਟੀ ਤੇ ਆਮ ਸੰਗਤਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਬਾਦਲਾਂ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਫੋਟੋ ਕਰਨ ਮੇਰੀ ਵੀਡੀਓ ਤੋਂ ਨਾਮ ਲੈ ਮੁਰਦਾਬਾਦ 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 ਨਾਰੇ ਲਾਈ ਜਾਓ ਨਾਰੇ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵਾਲੇ ਗੁਰੂ ਘਰ ਦੀਆਂ ਗੋਲਕਾਂ ਲੁੱਟਣ ਵਾਲੇ ਸ਼੍ਰੋਮਣੀ ਕਮੇਟੀ ਖਾਲਸਾ ਜੀ, ਅੱਜ ਦਾ ਜੋ ਪੁਤਲਾ ਫੂਕਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ, ਇਹ ਕਿਸ ਕਾਰਨ ਕਰਕੇ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਹੈ? ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਾਬਜ ਮਹੰਤ ਆ, ਉਹਨਾਂ ਵੱਲੋਂ ਜੋ 328 ਨਹੀਂ, ਹੁਣ ਤਾਂ ਗਿਣਤੀ ਬਹੁਤ ਵੱਧ ਗਈ ਆ, 450 ਕਨੇਡਾ 'ਚ ਜਿਹੜੇ 80 ਆ ਪਿਛਲੇ ਦਿਨੀ ਹੋਏ ਆ ਅਗਨ ਭੇਂਟ, ਅਤੇ ਗਿਣਤੀ ਜਿਹੜੀ ਅੰਕੜੇ ਆ ਉਹ ਬਹੁਤ ਜ਼ਿਆਦਾ ਨੇ, ਅਣਗਿਣਤ ਸਰੂਪਾਂ ਦਾ ਜਿਹੜਾ ਉਹ ਇਹਨਾਂ ਨੇ ਗਬਨ ਕੀਤਾ ਹੋਇਆ। ਔਰ ਜਦੋਂ ਸਰਕਾਰ ਕਮੇਟੀਆਂ ਅਤੇ ਜਥੇਬੰਦੀਆਂ ਵੱਲੋਂ ਉੱਥੇ ਸ਼ਾਂਤਮਈ ਧਰਨਾ ਲਾਇਆ ਗਿਆ ਅਤੇ ਉਹ ਕਮੇਟੀ ਦੇ ਗੁੰਡਿਆਂ ਨੇ ਮਹੰਤੂ ਨਰੈਣੂ ਮਹੰਤ ਤੋਂ ਵੀ ਅੱਗੇ ਲੰਘ ਕੇ ਜਿਹੜਾ ਸਿੰਘਾਂ ਦੇ ਉੱਪਰ ਜ਼ੁਲਮ ਕੀਤਾ, ਜਿਹੜਾ ਉਹਨਾਂ ਨੂੰ ਡਾਂਗ ਸੋਟਾ ਕਿਰਪਾਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ 'ਤੇ ਤਸ਼ੱਦਦ ਕੀਤਾ, ਬੀਬੀਆਂ ਨੂੰ ਵੀ ਬਖਸ਼ਿਆ ਨਹੀਂ ਗਿਆ, ਔਰ ਉਹਨਾਂ ਨੂੰ ਵੀ ਕਈ ਕਈ ਵਾਰ ਉਹਨਾਂ ਨੇ ਜਿਹੜਾ ਅੰਦਰ ਲਿਜਾ ਕੇ ਚੁੱਕ ਕੇ ਦਫ਼ਤਰ 'ਚ ਖੜ ਕੇ ਅਤੇ ਉਹਨਾਂ 'ਤੇ ਜਿਹੜਾ ਜ਼ੁਲਮ ਕੀਤਾ, ਔਰ ਉਹਨਾਂ 'ਤੇ ਝੂਠਾ ਪਰਚਾ ਵੀ ਦਰਜ ਕੀਤਾ ਗਿਆ, ਉਹਦਾ ਇਨਸਾਫ਼ ਮੰਗਦੇ ਹਾਂ। ਔਰ ਜਿਹੜਾ ਬਾਦਲ ਪਰਿਵਾਰ ਆ, ਇਹਨੇ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਅਤੇ ਕਰ ਰਿਹਾ, ਔਰ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਾਗਰਤ ਹੋਣ ਔਰ ਇਹਨਾਂ ਗੁੰਡਿਆਂ ਨੂੰ ਗੁਰਦੁਆਰਿਆਂ ਤੋਂ ਲਾਂਭੇ ਕੀਤਾ ਜਾਵੇ, ਔਰ ਚੰਗੀ ਸੋਚ ਵਾਲੇ ਜਿਹੜੇ ਇਨਸਾਨ ਆ ਉਹਨਾਂ ਨੂੰ ਉੱਥੇ
ਜਿਹੜੀ ਸੇਵਾ ਦਿੱਤੀ ਜਾਵੇ, ਔਰ ਜਿੰਨਾ ਚਿਰ ਨਹੀਂ ਦਿੰਦੇ ਉਹਨਾਂ ਚਿਰ ਮੋਰਚਾ ਜਿਹੜਾ ਜਾਰੀ ਰਹੂਗਾ। ਭਾਵੇਂ ਸਿੰਘ ਹਸਪਤਾਲ ਦੇ ਵਿੱਚ ਨੇ ਪਰ ਫਿਰ ਵੀ ਇਹ ਮੋਰਚਾ ਜਾਰੀ ਹੈ ਜਿੰਨਾ ਚਿਰ ਹਿਸਾਬ ਨਹੀਂ ਦਿੱਤਾ ਜਾਂਦਾ। ਸੱਤ ਮੈਂਬਰੀ ਜਿਹੜੇ ਉਹਨਾਂ 'ਚੋਂ 6 ਮੈਂਬਰ ਜਿਹੜੇ ਆ ਜ਼ਖਮੀ ਆ, ਉਹਨਾਂ ਦੇ ਕਿਸੇ ਦਾ ਗੁੱਟ 'ਤੇ ਸੱਟ ਲੱਗੀ ਆ, ਕਿਸੇ ਦੇ ਬਲਕਿ ਸਰੀਰ ਦਾ ਕੋਈ ਹਿੱਸਾ ਨਹੀਂ ਜਿੱਥੇ ਇਹਨਾਂ ਡਾਂਗਾਂ ਨਹੀਂ ਮਾਰੀਆਂ, ਔਰ ਅਣਮਨੁੱਖੀ ਤਸ਼ੱਦਦ ਜਿਹੜਾ ਉਹ ਇਹਨਾਂ ਨੇ ਕੀਤਾ। ਇੱਥੋਂ ਤੱਕ ਵੀ ਇਹਨਾਂ ਨੇ ਜਿਹੜੀਆਂ ਆ ਗਾਤਰੇ ਵਾਲੀਆਂ ਸ੍ਰੀ ਸਾਹਿਬਾਂ ਤੋੜ ਕੇ ਉਹ ਵੀ ਮਾਰਦੇ ਰਹੇ ਆ, ਔਰ ਲੈ ਗਏ ਆ ਲੁੱਟ ਕੇ ਸਰ ਜਿੰਨਾ ਸਮਾਨ ਸੀ ਉੱਥੇ ਉਹਨਾਂ ਦਾ, ਉਹ ਸਾਰਾ ਹੀ ਲੁੱਟ ਕੇ ਆਪਣੇ ਘਰਾਂ ਨੂੰ ਲੈ ਗਏ। ਕਿੰਨੇ ਕੁ ਆਪਣੇ ਸਿੰਘ ਜ਼ਖਮੀ ਹੋਏ ਆ ਉੱਥੇ ਅਤੇ ਕਿੱਥੇ ਕਿੱਥੇ ਦਾਖਲ? 15 ਤੋਂ ਵੱਧ ਜ਼ਖਮੀ ਆ, 15 ਤੋਂ ਵੱਧ ਸਿਵਲ ਹਸਪਤਾਲ ਗੁਰੂ ਨਾਨਕ ਹਸਪਤਾਲ ਜ਼ਖਮੀ ਆ, ਉਹ ਜੇਰੇ ਇਲਾਜ ਨੇ। ਤੁਸੀਂ ਕੋਈ ਪਰਚਾ ਵਗੈਰਾ ਪੁਲਿਸ ਨੂੰ ਕਟਾਇਆ? ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਆ, ਪਰ ਅਜੇ ਪੁਲਿਸ ਜਿਹੜੀ ਆ ਉਹਨਾਂ ਨਾਲ ਜਿਹੜੀ ਕੁੱਤੀ ਆ ਚੋਰਾਂ ਨਾਲ ਰਲੀ ਹੋਈ ਆ। ਇਹ ਮਿਲੀ ਭੁਗਤ ਦੇ ਨਾਲ ਪੁਲਿਸ ਮੌਕੇ 'ਤੇ ਹਾਜ਼ਰ ਸੀ ਜਦੋਂ ਇਹ ਟਾਸਕ ਫੋਰਸ ਦੇ ਗੁੰਡੇ ਸਿੰਘਾਂ 'ਤੇ ਤਸ਼ੱਦਦ ਕਰ ਰਹੇ ਸੀ, ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹੁਣ ਤੁਸੀਂ ਕੀ ਮੰਗ ਕਰਦੇ? ਜਿਵੇਂ ਅੱਜ ਖਬਰਾਂ ਦੇ ਵਿੱਚ ਸਤਿਕਾਰ ਕਮੇਟੀ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਵਾ, ਇਹ ਤਾਂ ਹੈ ਹੀ ਆ, ਜਿਹਨੇ ਇਨਸਾਫ ਲੈਣਾ ਅਤੇ ਉਹ ਉਹਦੇ 'ਤੇ ਸਭ ਕੁਝ ਇਹ ਹੋਣਾ ਵਾ। ਤੁਸੀਂ ਕੀ ਮੰਗ ਕਰਦੇ ਜੇ ਵੀ ਰੱਦ ਹੋਣਾ ਚਾਹੀਦਾ ਪਰਚਾ ਜਾਂ ਨਹੀਂ? ਰੱਦ ਹੋ ਕੇ ਅਤੇ ਉਹਨਾਂ ਦੇ ਉੱਤੇ ਦੂਜਾ ਸ਼੍ਰੋਮਣੀ ਕਮੇਟੀ ਹੋਣਾ ਚਾਹੀਦਾ? ਬਣਦਾ ਆ ਵੀ ਸ਼ਾਂਤਮਈ ਜਿਹੜੇ ਬੈਠੇ ਆ ਉਹਨਾਂ ਦੇ ਉੱਤੇ ਡਾਂਗਾਂ ਦੇ ਨਾਲ, ਕਿਰਪਾਨਾਂ ਦੇ ਨਾਲ ਉਹਨਾਂ ਦੇ ਜਿਹੜਾ ਉਹਨਾਂ ਨੂੰ ਕਿਡਨੈਪ ਕਰ ਲੈਣਾ, ਚੁੱਕ ਕੇ ਆਪਣੇ ਦਫ਼ਤਰ 'ਚ ਲੈ ਜਾਣਾ, ਉੱਥੇ ਜਾ ਕੇ ਗੰਦੀਆਂ ਗਾਲਾਂ ਕੱਢਣੀਆਂ, ਉਹਨਾਂ ਦੇ ਕਤਾਰ ਤੱਕ ਕੇਸ ਜਿਹੜੇ ਆ ਦਸਤਾਰਾਂ ਲਾ ਕੇ ਔਰ ਕੇਸਾਂ ਤੋਂ ਫੜ ਕੇ ਸਿੰਘਾਂ ਨੂੰ ਜਿਹੜਾ ਉੱਥੇ ਘਸੀਟਣਾ, ਔਰ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਔਰ ਜਿਹੜੇ CID ਵਾਲੇ ਵੀਡੀਓ ਬਣਾ ਰਹੇ ਸੀ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਔਰ ਭਾਵ ਕਿ ਕਿਸੇ ਦਾ ਉੱਥੇ ਕੋਈ ਆਮ ਜਾ ਰਿਹਾ ਸੀ ਜਿਹੜਾ ਨਾ ਸਮਝਿਆ ਵੀ ਇਹ ਵੀ ਉਹ ਨੇ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਛੋਟੇ ਛੋਟੇ ਬੱਚਿਆਂ 'ਤੇ ਵੀ ਜ਼ੁਲਮ ਕੀਤਾ ਗਿਆ। ਇੱਕ ਸਿੰਘ ਥੋੜ੍ਹੇ ਦਿਨ ਪਹਿਲਾਂ ਅੰਮ੍ਰਿਤ ਛੱਕ ਕੇ ਆਇਆ ਸੀ ਔਰ ਉਹਦੇ ਕਕਾਰ ਸਾਰੇ ਇਹਨਾਂ ਨੇ ਉਤਾਰੇ ਆ, ਉਹਦੀ ਦਸਤਾਰ ਲਾਈ ਆ, ਕੇਸ ਪੁੱਟੇ ਆ ਔਰ ਉਹਦੇ ਕਕਾਰਾਂ ਦੀ ਵੀ ਬੇਅਦਬੀ ਕੀਤੀ ਆ। ਇਹ ਕਿਹਦੀ ਸ਼ਾਇਦ ਹੋ ਰਿਹਾ, ਤੁਸੀਂ ਕੀ ਸਮਝਦੇ ਹੋ? ਇਹ ਕਿਉਂਕਿ ਇੱਕੋ ਪਰਿਵਾਰ ਜਿਹੜਾ ਲਗਾਤਾਰ ਇਹ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਆ ਉਹਦੇ 'ਤੇ ਪਰਿਵਾਰ ਕਾਬਜ਼ ਆ, ਔਰ ਇਹਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਅਣਗਿਣਤੀ ਸਿੰਘਾਂ 'ਤੇ ਉੱਪਰ ਜ਼ੁਲਮ ਕੀਤਾ ਵਾ ਔਰ 78 ਤੋਂ ਲੈ ਕੇ ਹੁਣ ਤੱਕ ਕਰ ਰਿਹਾ, ਅਜੇ ਗਾਂਹ ਨੂੰ ਪਤਾ ਨਹੀਂ ਕਿੰਨਾ ਕਰੇਗਾ। ਜੇ ਆਪਾਂ ਨਾ ਜਾਗਰਤ ਹੋਏ ਤਾਂ ਇਹ ਸਾਰਾ ਕੁਛ ਸਾਡਾ ਜਿਹੜਾ ਇਹ ਲੁੱਟਿਆ ਪੁੱਟਿਆ ਜਾ ਰਿਹਾ, ਔਰ ਬੜਾ ਜਿਹੜਾ ਹੈ ਉਹ ਸਿੱਖੀ ਦੇ ਉੱਪਰ ਮਾਰੂ ਹਮਲਾ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ। ਤੁਸੀਂ ਉੱਥੇ ਸ਼ਾਂਤਮਈ ਕਰ ਰਹੇ ਸੀ ਜੋ ਵੀ ਪ੍ਰੋਗਰਾਮ ਤੁਹਾਡਾ ਸਮਾਗਮ ਸੀ? ਹਾਂਜੀ। ਸ਼੍ਰੋਮਣੀ ਕਮੇਟੀ ਕਹਿੰਦੀ 328 ਸਰੂਪ ਜਿਹੜੇ ਆ ਉਹਨਾਂ ਦੇ ਦੋਸ਼ੀਆਂ ਨੂੰ ਪੰਥਕ ਮਰਿਆਦਾ ਅਨੁਸਾਰ ਆਪਾਂ ਸਜ਼ਾ ਦੇਵਾਂਗੇ, ਅਤੇ ਤੁਹਾਡੇ ਸਿੰਘਾਂ ਨੂੰ ਫਿਰ ਉਹਨਾਂ ਨੇ ਕਿਉਂ ਪਰਚਾ ਕਟਵਾਇਆ? ਇਹ ਵੇਖੋ ਜੀ, ਇਹ ਤਾਂ ਇਸ ਹੱਥ ਜ਼ੋਰ ਕਰ ਵੇਖਿਆ ਸੀ, ਉਹਨਾਂ ਦਾ ਜ਼ੋਰ ਆ, ਸਰਕਾਰ ਉਹਨਾਂ ਦੇ ਨਾਲ ਆ, ਸਾਰਾ ਕੁਝ ਉਹਨਾਂ ਦੇ ਅੰਡਰ ਆ, ਉਹ ਜੋ ਮਰਜ਼ੀ ਕਰ ਸਕਦੇ ਆ। ਇਹ ਤਾਂ ਸਿੱਖ ਸੰਗਤਾਂ ਜਾਗਰਤ ਹੋਣ ਅਤੇ ਜਿਹੜੇ ਇਨਸਾਫ ਮੰਗ ਰਹੇ ਆ। ਦੇਖੋ ਸ਼ਾਂਤਮਈ ਕੋਈ ਉਹਨਾਂ ਕਿਹਾ ਵੀ ਅਸੀਂ ਢੇਮ ਤੱਕ ਨਹੀਂ ਮਾਰਨੀ, ਪਰ ਉਹਨਾਂ ਨੇ ਆਣ ਕੇ ਜਿਹੜਾ ਜ਼ੁਲਮ ਕੀਤਾ ਔਰ ਜਿਹੜੀਆਂ ਡਾਂਗਾਂ ਮਰਾਈਆਂ ਨੇ ਉਹ ਜਿਹੜਾ ਅਣਮਨੁੱਖੀ ਤਸ਼ੱਦਦ ਆ ਜਿਹੜਾ ਉਹਨਾਂ ਨੂੰ ਕੀਤਾ ਗਿਆ ਔਰ ਕਾਰ ਤੱਕ ਨਹੀਂ ਬਖਸ਼ੇ ਗਏ, ਜਿਹੜੀ ਕਿਉਂਕਿ ਧਰਮ ਪ੍ਰਚਾਰ ਕਮੇਟੀ ਲੱਖਾਂ ਦਾ ਬਚਿਆ, ਕਿਉਂਕਿ ਉਹ ਖੁਦ ਦੋਸ਼ੀ ਨੇ। ਸ਼੍ਰੋਮਣੀ ਕਮੇਟੀ ਦੇ ਜਿਹੜੇ ਸਕੱਤਰ ਤੱਕ ਜਾਂ ਉੱਤੋਂ ਤੱਕ ਜਿੰਨੇ ਵੀ ਇਹਨਾਂ ਦੇ ਆਕਾ ਨੇ ਜਿਨ੍ਹਾਂ ਦੇ ਕਹਿਣ 'ਤੇ ਸਾਰਾ ਕੁਛ ਹੁੰਦਾ, ਉਹ ਖੁਦ ਦੋਸ਼ੀ ਨੇ।
ਦੋਸ਼ੀ ਜਿਹੜਾ ਦੋਸ਼ੀ ਨੂੰ ਸਜ਼ਾ ਨਹੀਂ ਦੇ ਸਕਦਾ, ਇਹ ਤਾਂ ਸੰਗਤ ਤੈਅ ਕਰ ਸਕਦੀ ਆ। ਜਾਂ ਫਿਰ ਇਹ ਮੇਰਾ ਸਵਾਲ ਫਿਰ ਇੱਕ ਵਾਰੀ ਦੋਹਰੇ ਆਉਣ ਲੱਗਾ, ਜਿੱਦਾਂ ਤੁਸੀਂ ਇੱਥੋਂ ਚੱਲੇ ਸੀ ਮੋਰਚਾ ਬਣਾ ਕੇ ਉਧਰ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।